ਸੀਬੀਆਈ ਦੇ ਵੱਲੋਂ ਵਿਸ਼ੇਸ਼ ਅਦਾਲਤ ਦੇ ਵਿੱਚ ਇਹ ਅਰਜ਼ੀ ਲਗਾਈ ਗਈ। ਪਰ ਪੰਜਾਬ ਦੇ 1991 ਮਾਮਲਾ ਜੋ ਬਲਵੰਤ ਸਿੰਘ ਮੁਲਤਾਨੀ ਦੇ ਨਾਲ ਜੁੜਿਆ ਹੋਇਆ, ਉਸ ਮਾਮਲੇ ਦੇ ਵਿੱਚ ਸੈਣੀ ਅੰਡਰਗਰਾਊਂਡ ਹੈ, ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਅਤੇ 1994 ਦਾ ਇਹ ਹੋਰ ਮਾਮਲਾ ਹੈ ਜਿਸ ਵਿੱਚ ਸੁਮੇਧ ਸੈਣੀ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋ ਸਕਦਾ ਹੈ। ਜੇਕਰ ਕੱਲ੍ਹ ਸੀਬੀਆਈ ਦੀ ਅਦਾਲਤ ਦੇ ਵਿੱਚ ਸੀਬੀਆਈ ਵੱਲੋਂ ਅਦਾਲਤ ਕੀਤੀ ਗਈ ਦਾਖਲ ਕੀਤੀ ਗਈ ਅਰਜ਼ੀ 'ਤੇ ਸੁਣਵਾਈ ਹੁੰਦੀ ਹੈ, ਜੇਕਰ ਛੋਟ ਰੱਦ ਹੁੰਦੀ ਹੈ, ਨਿੱਜੀ ਪੇਸ਼ੀ 'ਤੇ ਛੋਟ ਰੱਦ ਹੁੰਦੀ ਹੈ, ਤਾਂ ਸੁਮੇਧ ਸਿੰਘ ਸੈਣੀ ਦੀ ਗ੍ਰਿਫਤਾਰੀ ਲਾਜ਼ਮੀ ਮੰਨੀ ਜਾ ਰਹੀ ਹੈ। ਪੂਰਾ ਮਾਮਲਾ ਦੱਸਦੇ ਹਾਂ ਕਿ ਆਖਿਰ ਕਿਸ ਤਰ੍ਹਾਂ ਸੁਮੇਧ ਸਿੰਘ ਸੈਣੀ ਦੀਆਂ ਹੋਰ ਮੁਸ਼ਕਲਾਂ ਵਧਣ ਵਾਲੀਆਂ ਨੇ। ਸੀਬੀਆਈ ਇਨਵੈਸਟੀਗੇਸ਼ਨ ਦੀ ਮੰਗ ਕਰ ਰਹੇ ਸੀ, ਪਰ ਸੀਬੀਆਈ ਨੇ ਇੱਕ ਹੋਰ ਕੇਸ ਦੇ ਵਿੱਚ ਰੁਕ ਕਰ ਦਿੱਤਾ ਹੈ ਸੈਣੀ ਦੇ ਖਿਲਾਫ। ਮੈਮ, ਜਿਹੜਾ ਤੁਸੀਂ ਕੇਸ ਰੈਫਰ ਕਰ ਰਹੇ ਹੋ, ਇਹ ਸੁਮੇਧ ਸੈਣੀ ਨੇ ਇੱਕ ਲੁਧਿਆਣਾ ਬੇਸਡ ਫੈਮਿਲੀ ਸੀ, ਬਿਜ਼ਨਸ ਫੈਮਿਲੀ, ਉਹ ਫਾਈਨਾਂਸਰ ਸੀਗੇ ਸੈਣੀ ਮੋਟਰਸ ਦੇ। ਸੈਣੀ ਮੋਟਰਸ ਵਾਲੇ ਜਿਹੜੇ ਸੀ ਉਹ ਸੁਮੇਧ ਸੈਣੀ ਦੇ ਰਿਸ਼ਤੇਦਾਰ ਸੀ। ਸੋ ਸੁਮੇਧ ਸੈਣੀ ਨੇ ਪਰਸਨਲ ਦੁਸ਼ਮਣੀ ਕਰਕੇ ਸੈਣੀ ਮੋਟਰਸ ਵਾਲਿਆਂ ਨੂੰ ਝੂਠੇ ਕੇਸਿਸ 'ਚ ਇੰਪਲੀਕੇਟ ਕੀਤਾ ਔਰ ਉਹਨਾਂ ਦੇ ਫਾਈਨਾਂਸਰਸ ਨੂੰ ਵੀ ਇੰਪਲੀਕੇਟ ਕੀਤਾ ਔਰ ਟੋਰਚਰ ਕਰਦੇ ਹੋਏ ਉਹ ਫਾਈਨਾਂਸਰਸ ਮਾਰ ਦਿੱਤੇ, ਬੋਡੀਜ਼ ਡਿਸਪੋਜ਼ ਆਫ ਕਰਤੀਆਂ। ਉਹ ਕੇਸ ਸੀਬੀਆਈ ਕੋਲ ਗਿਆ, ਸੀਬੀਆਈ ਨੇ ਉੱਥੇ ਸੈਣੀ ਨੂੰ ਚਾਰਜਸ਼ੀਟ ਕੀਤਾ ਔਰ ਉਹ ਟ੍ਰਾਇਲ, ਤੁਸੀਂ ਇਹਦਾ ਇਨਫਲੂਐਂਸ ਵੇਖੋ ਕਿੰਨਾ ਸੀ ਕਿ ਉਹ ਟ੍ਰਾਇਲ ਦਿੱਲੀ ਟ੍ਰਾਂਸਫਰ ਕੀਤੀ ਗਈ। ਇਨਫੈਕਟ ਜਿਹੜਾ ਉਹਦੇ ਵਿੱਚ ਇੱਕ ਜਜਮੈਂਟ ਜਿਹੜਾ ਸੈਣੀ ਦੀਆਂ ਹੁਣ ਐਂਟੀਸਪੇਟਰੀ ਬੇਲ ਮੁਲਤਾਨੀ ਕੇਸ ਦੇ ਵਿੱਚ ਰਿਜੈਕਟ ਹੋਈ ਹੈ, ਉਹਦੇ ਵਿੱਚ ਵੀ ਜਿਹੜਾ ਆਰਡਰ ਰੈਫਰ ਕੀਤਾ ਗਿਆ, ਉਹ ਜਸਟਿਸ ਝਾਂਜੀ ਦਾ ਆਰਡਰ ਉਸ ਸੈਣੀ ਮੋਟਰਸ ਵਾਲੇ ਕੇਸ ਦੇ ਵਿੱਚ ਆਇਆ ਸੀ ਜਿੱਥੇ ਸਿਟਿੰਗ ਜੱਜ ਨੂੰ ਸੁਮੇਧ ਸੈਣੀ ਨੇ ਧਮਕੀਆਂ ਦਿੱਤੀਆਂ ਸੀ। ਹੁਣ ਉਹ ਟ੍ਰਾਇਲ ਦਿੱਲੀ ਚੱਲ ਰਿਹਾ ਔਰ ਉਹਦੇ ਵਿੱਚ ਜਿਹੜੀ ਇੰਟਰਸਟਿੰਗ ਚੀਜ਼ ਹੋਈ ਹੈ ਕਿ ਸੁਮੇਧ ਸਿੰਘ ਸੈਣੀ, ਕੱਲ੍ਹ ਉਸ ਕੇਸ ਦੀ ਤਰੀਕ ਹੈ ਔਰ ਸੁਮੇਧ ਸਿੰਘ ਸੈਣੀ ਨੇ ਉਸ ਕੇਸ ਦੇ ਵਿੱਚ ਜਿਹੜੀ ਐਗਜ਼ੈਂਪਸ਼ਨ ਸੀ ਉਹ ਮੰਗ ਰੱਖੀ ਸੀ, ਉਹ ਐਗਜ਼ੈਂਪਸ਼ਨ ਟਿਲ ਫਰਦਰ ਆਰਡਰ ਸੀ। ਇਹਨੂੰ ਕੋਰਟ ਦੇ ਵਿੱਚ ਸਿਕਿਉਰਿਟੀ ਗਰਾਊਂਡ ਦੇ ਉੱਤੇ ਪੇਸ਼ ਨਹੀਂ ਹੋਣਾ ਸੀ ਔਰ ਇਹ ਅਵੋਇਡ ਕਰਦਾ ਸੀ। ਜਿੱਥੇ ਤੱਕ ਇਹ ਟ੍ਰਾਇਲ ਡਿਲੇ ਕਰ ਸਕਦਾ ਸੀ ਇਹਨੇ ਉੱਥੇ ਟ੍ਰਾਇਲ ਡਿਲੇ ਕੀਤਾ। ਇੱਕ ਸਟੇਜ 'ਤੇ ਜਿਹੜੇ ਜੱਜ ਸਾਹਿਬ ਕੇਸ ਸੁਣ ਰਹੇ ਸੀ ਉਹਨਾਂ ਨੇ ਡਾਇਰੈਕਸ਼ਨ ਕੀਤੀ ਕਿ ਮੇਰੀ ਐਗਜ਼ੈਂਪਸ਼ਨ ਕੈਂਸਲ ਕਰ ਰਿਹਾ ਕਿਉਂਕਿ ਇਹ ਪੇਸ਼ ਨਹੀਂ ਹੋ ਰਿਹਾ, ਟ੍ਰਾਇਲ ਡਿਲੇ ਕਰ ਰਿਹਾ। ਤਾਂ ਸੁਮੇਧ ਸਿੰਘ ਸੈਣੀ ਨੇ ਆਪਣੇ ਯੂਜੁਅਲ ਤਰੀਕੇ ਦੇ ਵਿੱਚ ਉਹ ਜੱਜ ਸਾਹਿਬ 'ਤੇ ਐਲੀਗੇਸ਼ਨਸ ਲਾਤੇ, ਫਿਰ ਉਹ ਟ੍ਰਾਂਸਫਰ ਐਪਲੀਕੇਸ਼ਨ ਲਿਸਟ ਹੋਈ ਸੈਸ਼ਨ ਜੱਜ ਸਾਹਿਬ ਦੇ ਔਰ ਫਾਈਨਲੀ ਸੈਣੀ ਨੂੰ ਮਾਫ਼ੀ ਮੰਗ ਕੇ ਉਸ ਕੋਰਟ ਦੇ ਵਿੱਚ ਆਪਣੀ ਅਰਜ਼ੀ ਲਾ ਕੇ ਇਨ ਰਾਈਟਿੰਗ ਮਾਫ਼ੀ ਮੰਗੀ ਔਰ ਐਪਲੀਕੇਸ਼ਨ ਵਿਦਡਰਾਅ ਕੀਤੀ ਟ੍ਰਾਂਸਫਰ ਦੀ ਔਰ ਇਹਨੇ ਅੰਡਰਟੇਕਿੰਗ ਦਿੱਤੀ ਕਿ ਮੈਂ ਟ੍ਰਾਇਲ ਡਿਲੇ ਨਹੀਂ ਕਰਾਂਗਾ, ਮੈਨੂੰ ਐਗਜ਼ੈਂਪਸ਼ਨ ਗ੍ਰਾਂਟ ਕਰਕੇ ਰੱਖ। ਹੁਣ ਸੁਮੇਧ ਸਿੰਘ ਸੈਣੀ ਮੁਲਤਾਨੀ ਕੇਸ 'ਚ ਭਗੌੜਾ ਹੈ। ਭਗੌੜਾ ਹੋਣ ਦਾ ਮਤਲਬ ਹੈ ਉਹ ਦੂਜੀ ਕੋਰਟ ਦੇ ਵਿੱਚ ਪੇਸ਼ ਨਹੀਂ ਹੋ ਸਕਦਾ, ਐਗਜ਼ੈਂਪਸ਼ਨ ਪਰਸਨਲ ਅਪੀਅਰੈਂਸ ਤੋਂ ਉਹਨੂੰ ਸਿਰਫ ਅਗਲੀ ਤਰੀਕ ਤੱਕ ਹੈ। ਹੁਣ ਸੀਬੀਆਈ ਨੇ ਅਰਜ਼ੀ ਲਾਤੀ ਹੈ ਕਿ ਜੇ ਸੁਮੇਧ ਸਿੰਘ ਸੈਣੀ ਭੱਜਿਆ ਹੋਇਆ ਹੈ, ਸੋ ਸੁਮੇਧ ਸਿੰਘ ਸੈਣੀ ਨੂੰ ਦਿੱਤੀ ਹੋਈ ਐਗਜ਼ੈਂਪਸ਼ਨ ਕੈਂਸਲ ਕੀਤੀ ਜਾਵੇ। ਦੂਜੀ ਗੱਲ, ਉਹ ਬਿਨਾਂ ਸਿਕਿਉਰਿਟੀ ਦੇ ਭੱਜਿਆ, ਜੇ ਸਿਕਿਉਰਿਟੀ ਇੱਥੇ, ਸਿਕਿਉਰਿਟੀ ਦੀ ਉਹਨੂੰ ਲੋੜ ਨਹੀਂ ਤਾਂ ਦਿੱਲੀ ਕੋਰਟ ਦੇ ਵਿੱਚ ਉਹ ਐਗਜ਼ੈਂਪਸ਼ਨ ਕਾਹਦੇ ਤੋਂ ਲੈ ਰਿਹਾ, ਕਾਹਦੇ ਤੋਂ ਲੈ ਰਿਹਾ। ਪਰ ਇਹੀ ਗੱਲ ਮੈਂ ਸ਼ੁਰੂ ਤੋਂ ਕਹਿ ਰਿਹਾ ਕਿ ਦਿੱਲੀ ਉਹ ਪੇਸ਼ ਨਹੀਂ ਹੋ ਰਿਹਾ ਕਿਉਂਕਿ ਉੱਥੇ ਕਹਿ ਰਿਹਾ ਸਿਕਿਉਰਿਟੀ ਗਰਾਊਂਡ 'ਤੇ ਐਗਜ਼ੈਂਪਸ਼ਨ ਹੈ ਔਰ ਇੱਥੇ ਉਹ ਕਹਿ ਰਿਹਾ ਕਿ ਜੀ ਮੈਂ ਸਿਕਿਉਰਿਟੀ ਤੋਂ ਬਿਨਾਂ ਮੈਂ ਜਾ ਸਕਦਾ ਕਿਤੇ ਵੀ। ਸੋ ਉਸ ਕਰਕੇ ਹੁਣ ਸੀਬੀਆਈ ਨੇ ਵੀ ਉਹਦੀ ਐਗਜ਼ੈਂਪਸ਼ਨ ਕੈਂਸਲੇਸ਼ਨ ਲਾਤੀ ਹੈ ਜਿਹੜੀ ਕੱਲ੍ਹ ਫਾਈਲਡ ਹੈ। ਇਹ ਤਾਂ ਫਿਲਹਾਲ ਇਸ ਮਾਮਲੇ 'ਤੇ ਵੀ ਦਿੱਲੀ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ। ਕੈਮਰਾਮੈਨ ਪ੍ਰਮੋਦ ਨੇਗੀ ਦੇ ਨਾਲ ਨਿਤਿਕਾ ਮਹੇਸ਼, ਪ੍ਰੀ ਸੀ ਮੀਡੀਆ, ਚੰਡੀਗੜ੍ਹ।